ਇੱਕ ਪੰਜਾਬੀ ਨਾਮੀ ਗਾਇਕ ਦੇ ਘਰ ਦੇ ਉੱਤੇ ਸ਼ਰੇਆਮ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਈ ਰਾਊਂਡ ਫਾਇਰਿੰਗ ਜੋ ਹੈ ਉਸਦੇ ਘਰ ਦੇ ਉੱਤੇ ਕੀਤੇ ਗਏ ਨੇ, ਜਿਸਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਇਸ ਦੇ ਨਾਲ ਹੀ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਗਾਇਕ ਸਾਹਿਲ ਸ਼ਾਹ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਗੈਂਗਸਟਰਾਂ ਦੇ ਵੱਲੋਂ ਉਸਨੂੰ ਲਗਾਤਾਰ ਫੋਨ 'ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ, ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਆਪਣੇ ਗਾਣੇ ਉਹਨਾਂ ਨੂੰ ਦੇ ਦੇਵੇ। ਤਾਂ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਵੱਲੋਂ ਹੀ ਇਹ ਫਾਇਰਿੰਗ ਕਰਵਾਈ ਗਈ ਹੈ। ਤਾਂ ਜਲੰਧਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬੀ ਗਾਇਕ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਉਸ ਗਾਇਕ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਤੋਂ ਚੰਡੀਗੜ੍ਹ ਗਿਆ ਹੋਇਆ ਸੀ, ਪਰ ਜਿਵੇਂ ਹੀ ਘਰ ਆਇਆ ਤਾਂ ਉਸਨੂੰ ਪਤਾ ਚੱਲਾ ਕਿ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ। ਤਾਂ ਜਿਸ ਤੋਂ ਬਾਅਦ ਹੁਣ ਉਸਨੇ ਸੂਚਨਾ ਇਸਦੀ ਪੁਲਿਸ ਨੂੰ ਵੀ ਦਿੱਤੀ ਹੈ ਅਤੇ ਉਸਦਾ ਕਹਿਣਾ ਹੈ ਕਿ ਲਗਾਤਾਰ ਉਸਨੂੰ ਇਹ ਥ੍ਰੈਟ ਕੋਲਾਂ ਆ ਰਹੀਆਂ ਸੀ, ਜਿਸ ਦੇ ਵਿੱਚ ਉਸ ਤੋਂ ਗਾਣੇ ਦੀ ਮੰਗ ਕੀਤੀ ਜਾ ਰਹੀ ਸੀ, ਪਰ ਹੁਣ ਉਸਦੇ ਘਰ ਦੇ ਉੱਤੇ ਫਾਇਰਿੰਗ ਕਰਵਾ ਦਿੱਤੀ ਗਈ ਹੈ, ਜਿਸ ਦੇ ਨਾਲ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ। ਅਤੇ ਦੂਜੇ ਪਾਸੇ ਹੁਣ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਆਲੇ ਦੁਆਲੇ ਲੱਗੇ ਹੋਏ ਜੋ CCTV ਕੈਮਰੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਵੀ ਇਸ ਦੌਰਾਨ ਗੋਲੀ ਲੱਗਣ ਦੀਆਂ ਸਾਹਮਣੇ ਆਈਆਂ ਨੇ। ਕਿਹਾ ਜਾ ਸਕਦਾ ਕਿ ਜੋ ਗੇਟ ਹੈ ਉਸਦੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਗਈ ਹੈ ਅਤੇ ਗੋਲੀਆਂ ਦੇ ਨਿਸ਼ਾਨ ਸ਼ਰੇਆਮ ਦੇਖੇ ਜਾ ਸਕਦੇ ਨੇ। ਥਰੈਟ ਆ ਰਹੇ ਸੀ, ਕਾਫੀ ਟਾਈਮ ਤੋਂ ਆ ਰਹੇ ਸੀਗੇ ਅਤੇ ਕੱਲ੍ਹ ਰਾਤੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ। ਮੈਂ ਕੱਲ੍ਹ ਚੰਡੀਗੜ੍ਹ ਗਿਆ ਹੋਇਆ ਸੀ, ਅੱਜ ਮੈਂ ਰੀਸੈਂਟਲੀ ਸ਼ਾਮੀ ਆਇਆ ਮੈਂ ਘਰੇ। ਜਦੋਂ ਮੈਂ ਸ਼ਾਮੀ ਘਰੇ ਆਇਆ ਅਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ, ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਨਾ, ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਏ ਵੀ ਇੱਦਾਂ ਇੱਦਾਂ ਕਰਕੇ ਗੱਲ ਹੋਈ ਆ ਰਾਤੀ। ਠੀਕ ਹੈ ਜੀ, 12:30 ਤੋਂ ਬਾਅਦ ਜਿਹੜੀ ਇੱਥੇ ਸਾਡੇ ਸੀਗਾ ਨੇੜੇ ਪਿਆ, ਠੀਕ ਹੈ ਜੀ, ਕਰਕੇ ਪਤਾ ਨਹੀਂ ਲੱਗਿਆ। ਫਿਰ ਰਾਤੀ ਜਦੋਂ ਫਾਇਰਿੰਗ ਹੋਈ ਆ ਅਤੇ ਉਦੋਂ ਮਤਲਬ ਮੈਨੂੰ ਕਹਿ ਰਹੇ ਰੱਖੋ ਬੱਜੀ ਦੀ ਟੱਪ ਵੀ ਇੱਥੇ ਕਿੰਨੇ ਕਿਹਾ ਹੋਇਆ।
ਬਸ ਸਾਨੂੰ ਨੀ ਪਤਾ ਕੀ ਚਾਹੁੰਦੇ ਆ ਸਾਡੇ ਕੋਲੋਂ, ਕੀ ਨਹੀਂ ਚਾਹੁੰਦੇ, ਕਿਉਂਕਿ ਸਾਡੇ ਬੇਟੇ ਨੂੰ ਜੀਣ ਨਹੀਂ ਦਿੰਦੇ ਹੈਗੇ ਸਹੀ ਤਰ੍ਹਾਂ, ਕਿਉਂਕਿ ਇਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੌਣ ਹੈਗਾ ਜੀ, ਕੌਣ ਹੈਗਾ ਇਹ ਸ਼ਰਨ ਵਗੈਰਾ ਜੋ ਵੀ ਇਹਨਾਂ ਦਾ ਕੁਛ, ਮੈਨੂੰ ਬੰਦੇ ਦੀਆਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ, ਬੇਟੇ ਨੂੰ ਪਤਾ ਸਾਰਿਆਂ ਨਾਵਾਂ ਦਾ, ਉਹਦੇ ਸਾਰੀ ਚਲੇ ਗਈ ਆ ਕੰਪਨੀ, ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੋਈ ਪੁਰਾਣੀ ਕੁਛ ਨਹੀਂ ਹੈਗੀ, ਬਸ ਗਾਇਕੀ ਦਾ ਇਹਦਾ ਕੰਮ ਹੈ, ਗਾਇਕੀ ਤੋਂ ਉਹਨਾਂ ਨੂੰ ਪਸੰਦ ਹੈਗਾ ਆ, ਇਹਨੂੰ ਛੱਡਣਾ ਚਾਹੁੰਦੇ ਨੇ, ਫ੍ਰੀ 'ਚ ਖਾਣਾ ਚਾਹੁੰਦੇ ਆ, ਜਿੱਦਾਂ ਕਿ ਤੁਸੀਂ ਦੇਖਦੇ ਹੋ ਕਿ ਕੱਲ੍ਹ ਗੋਲੀਆਂ ਚੱਲੀਆਂ ਦਿਨ ਰਾਤ ਨੂੰ, ਤੁਸੀਂ ਇਨਫੋਰਮੇਸ਼ਨ ਹੁੰਦੇ ਰਹੇ ਹੋ ਤੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗਾ, ਸਾਨੂੰ ਨਹੀਂ ਪਤਾ ਲੱਗਾ, ਮੈਂ ਤਾਂ ਡਿਊਟੀ ਤੋਂ ਆਈ, ਮੈਂ ਤਾਂ ਖੁਦ ਡਿਊਟੀ ਕਰਦੀ ਹਾਂ, ਮੈਂ ਤਾਂ ਖੁਦ ਨਹੀਂ ਹੈਗੀ ਘਰ, ਬੱਚੇ ਘਰ ਹੁੰਦੇ, ਬੇਟੇ ਹੁੰਦਾ ਆ, ਬੇਟਾ ਹੁੰਦਾ ਆ ਘਰ, ਬੇਟਾ ਦਾ ਦੋਸਤ ਹੁੰਦਾ ਆ ਕਈ ਵਾਰੀ, ਬੇਟੀ ਹੁੰਦੀ ਆ ਘਰ, ਅੱਛਾ ਜੀ, ਕਿਉਂਕਿ ਹੋਰ ਵੀ ਸਾਡੇ ਪਰਿਵਾਰ ਤੇ ਕਈ ਮੈਂਬਰ ਹੁੰਦੇ ਆ ਸਾਡੇ ਘਰ 'ਚ, ਪਰ ਹੁਣ ਇਹ ਰਾਤ ਵੇਲੇ ਥੋੜੀ ਸਾਨੂੰ ਪਤਾ ਸੀ ਵੀ ਇਹ ਚੀਜ਼ ਹੋਣ ਡਈ ਆ ਸਾਡੇ, ਕੋਈ ਆਵਾਜ਼ ਵਗੈਰਾ ਆਈ ਸੀ, ਆਵਾਜ਼ ਵਗੈਰਾ ਆਈ ਆ, ਅੱਛਾ ਜੀ, ਬੇਟੀ ਦੇ ਉਹਦੇ ਲੱਗਿਆ ਹੋਇਆ ਸੀ, ਉਹ ਕਹਿੰਦੀ ਆ ਮੰਮੀ ਆਵਾਜ਼ ਆਈ, ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਤਵੇ ਠੀਕ ਨਹੀਂ, ਮੈਂ ਤੁਹਾਨੂੰ ਠਾਲਿਆ ਨਹੀਂ ਹੈਗਾ, ਅੱਛਾ ਜੀ, ਨਹੀਂ ਤਾਂ ਅਸੀਂ ਕੋਠੇ ਦੇ ਉੱਪਰ ਜਾ ਕੇ ਦੇਖਣਾ ਸੀਗਾ, ਕੋਈ ਸੀਸੀਟੀਵੀ ਵਗੈਰਾ ਕੈਮਰਾ, ਸੀਸੀਟੀਵੀ ਕੈਮਰਾ ਵੀ ਹੈਗਾ ਸਾਡੇ ਲੱਗੇ, ਉਹਨਾਂ ਦੇ ਕੋਈ ਖੰਗਾਲ ਕੋਈ ਨਹੀਂ, ਉਹਦੇ ਵਿੱਚ ਵੀ ਕਢਵਾ ਲਾਂਗੇ, ਉਹ ਵੀ ਸਾਰਾ ਕੁਝ ਕਰਵਾ ਲਾਂਗੇ, ਪ੍ਰੂਫ ਕਰਵਾ ਲਾਂਗੇ, ਕੈਮਰਾ ਸਾਡੇ ਲੱਗੇ ਹੈਗਾ, ਠੀਕ ਹੈ, ਗੋਲੀਆਂ ਤਿੰਨ ਫਾਇਰਿੰਗ ਕੀਤੀ ਹੈ, ਗੋਲੀ ਕੀ ਨਾਮ ਚਲਾਈ ਗਈ ਹੈ, ਚਮਨਲਾਲ, ਚਮਨਲਾਲ ਜੀ, ਤੇ ਕਿੰਨੇ ਵਜੇ ਫਾਇਰਿੰਗ ਹੋਈ ਹੈ, 12:30 ਵਜੇ ਦੀ ਗੱਲ, ਤੁਹਾਨੂੰ ਕਿਦਾਂ ਪਤਾ ਲੱਗਾ, 12:30 ਵਜੇ ਪਤਾ ਲੱਗਾ, ਸਵੇਰੇ ਸ਼ਾਮੀ ਵੀ ਪਤਾ ਲੱਗਾ, ਅੱਜ ਸ਼ਾਮੀ ਉਹ ਵੀ ਪਾਣੀ ਦੇ ਵਿੱਚੋਂ ਮੈਂ ਜਦੋਂ ਦੇਖਿਆ ਦੇ ਵਿੱਚੋਂ ਰੋ ਨਿਕਲਿਆ, ਕਿੰਨੇ ਫਾਇਰ ਕੀਤੀ ਉਹਨਾਂ ਨੇ, ਤਿੰਨ ਫਾਇਰ ਹੋਏ, ਦੇਖ ਲਓ ਮੁੰਡੇ ਨੇ ਇਨਫੋਰਮੇਸ਼ਨ ਵਿੱਚ ਕੋਈ ਲੇਕਿਨ ਫਾਇਰਿੰਗ ਅੱਜ ਨਹੀਂ ਹੋਈ, ਫਾਇਰਿੰਗ ਕੱਲ੍ਹ ਦੀ ਹੋਈ ਆ, ਜਦੋਂ ਇਨਫੋਰਮੇਸ਼ਨ ਮੌਕੇ ਦੇ ਪਹੁੰਚੇ ਆ, ਬਿਆਨ ਉਹਦੇ ਲਿਖੇ ਜਾ ਰਿਹਾ, ਜੋ ਮਰਜ਼ੀ ਕਾਰਵਾਈ ਕਰ ਰਿਹਾ, ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਕੌਣ ਸੀ, ਕਿੱਥੋਂ ਥ੍ਰੈਟ ਕਰ ਰਿਹਾ, ਅੱਜ ਉਹ ਕੋਸ਼ਿਸ਼ ਕਰ ਰਿਹਾ, ਉਹਦੇ ਕੋਲ ਜਦੋਂ ਵੀ ਪਤਾ ਲੱਗੇ ਤੁਹਾਨੂੰ ਦੱਸ, ਕੋਈ ਸੀਸੀਟੀਵੀ ਕੁਛ ਸਾਹਮਣੇ ਕੋਈ ਫਾਇਰਿੰਗ, ਇੱਕ ਦੋ ਕਹਿ ਦੱਸ ਦਿਓ, ਕਿੰਨੇ ਖੋਲ ਕਿੰਨੇ ਮਿਲੇ ਹੈਗੇ, ਇੱਕੋ ਖੋਲਿਆ ਜੀ, ਅੱਛਾ ਸਰ, ਇਹ ਪਤਾ ਲੱਗਾ ਇਹ ਸਿੰਗਰ ਦਾ ਘਰ ਹੈ ਕੋਈ, ਨਹੀਂ ਅਸੀਂ ਇਹਦੇ ਬਾਰੇ ਅੱਜ ਕੁਛ ਨਹੀਂ, ਅਸੀਂ ਪਤਾ ਕਰ ਰਹੇ ਹਾਂ, ਜਦੋਂ ਫਾਇਰ ਹੋਏ ਤੇ ਘਰ ਵਾਲੇ ਕਿੱਥੇ ਸੀਗੇ, ਘਰ ਵਾਲੇ ਘਰ ਹੀ ਸੀਗੇ, ਦੱਸ ਦਿਓ ਉਹਦੇ ਮੁੰਡਾ ਆਪ ਜਿਹੜਾ ਸਾਹਿਬ ਬਾਹਰ ਸੀਗਾ, ਅੱਛਾ ਘਰ ਦੇ ਉਹਦੇ ਮਾਤਾ ਪਿਤਾ ਘਰ ਸਰ, ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ ਕੋਈ, ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ, ਫਿਰ ਵੀ ਅਸੀਂ ਜਿਹੜਾ ਕੋਈ ਆਸੇ ਪਾਸੇ ਲੱਗੀ ਆ ਉਹਨੂੰ ਖੰਗਾਲਾ ਲੈ, ਫੋਨ ਤੱਕ ਦੀ ਇਨਵੈਸਟੀਗੇਸ਼ਨ ਕੀ ਸਾਹਮਣੇ ਆਇਆ, ਬਿਆਨ ਲਿਖਿਆ, ਬਿਆਨ ਮੁਤਾਬਕ ਦੇਖਦੇ ਹਾਂ ਕਿ ਕੀ ਫਰਦਰ